ਤੇ ਪਟਿਆਲਾ ਵਿੱਚ ਕੇਬਲ ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ੇ ਕਰਨ ਦੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ। ਬੀਤੇ ਦਿਨ ਪਹਿਲਾਂ ਗੁਰੂ ਨਾਨਕ ਨਗਰ ਵਿੱਚ ਫਾਸਟਵੇ ਦਾ ਦਫ਼ਤਰ ਲੁੱਟਿਆ ਗਿਆ ਤੇ ਹੁਣ ਤਾਜ਼ਾ ਮਾਮਲਾ ਤ੍ਰਿਪੜੀ ਤੋਂ ਸਾਹਮਣੇ ਆਇਆ ਜਿੱਥੇ ਕੇਬਲ ਦੀ ਤਾਰਾਂ ਠੀਕ ਕਰਨ ਗਈ ਟੀਮ ਨਾਲ ਧੱਕਾ ਮੁੱਕੀ ਕੀਤੀ ਗਈ। ਤੁਹਾਡੀ ਟੀਵੀ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਪਟਿਆਲਾ 'ਚ ਸ਼ਰੇਆਮ ਗੁੰਡਾਗਰਦੀ ਦੀਆਂ ਨੇ। ਪਟਿਆਲਾ ਵਿੱਚ ਕੇਬਲ ਤੇ ਗੈਰ ਕਾਨੂੰਨੀ ਕਬਜ਼ੇ ਦਿਨੋ ਦਿਨ ਵੱਧ ਰਹੇ ਨੇ। ਬੀਤੇ ਦਿਨ ਵੀ 23 ਮਾਰਚ ਨੂੰ ਪਟਿਆਲਾ ਦੇ ਗੁਰੂ ਨਾਨਕ ਨਗਰ ਵਿੱਚ ਫਾਸਟਵੇ ਕੇਬਲ ਦੇ ਦਫ਼ਤਰ ਨੂੰ ਲੁੱਟਿਆ ਗਿਆ ਸੀ। ਦਫ਼ਤਰ 'ਚ ਪਏ ਸਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਅਤੇ 80,000 ਰੁਪਏ ਦੇ ਕਰੀਬ ਕੈਸ਼ ਵੀ ਲੁੱਟਿਆ ਸੀ। ਜਿਨ੍ਹਾਂ ਮੁਲਜ਼ਮਾਂ ਨੇ ਫਾਸਟਵੇ ਕੇਬਲ ਦਾ ਸਬ ਆਫਿਸ ਲੁੱਟਿਆ ਉਹਨਾਂ 'ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ FIR ਵੀ ਦਰਜ ਕੀਤੀ ਗਈ, ਪਰ ਇਹ ਮੁਲਜ਼ਮ ਆਪਣੀ ਗੁੰਡਾਗਰਦੀ ਤੋਂ ਬਾਜ ਨਹੀਂ ਆਏ। FIR ਹੋਈ ਦਾ ਵੀ ਇਹਨਾਂ 'ਤੇ ਕੋਈ ਅਸਰ ਨਾ ਹੋਇਆ। ਇਹਨਾਂ ਨੇ ਇੱਕ ਵਾਰ ਫਿਰ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਹੈ। CCTV ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਸ਼ਰੇਆਮ ਗੁੰਡਾਗਰਦੀ ਤੇ ਧੱਕਾ ਮੁੱਕੀ ਕੀਤੀ ਜਾ ਰਹੀ ਹੈ। ਯਾਦਵਿੰਦਰ ਗੋਲਡੀ ਨਾਂ ਦੇ ਸ਼ਖਸ ਨੇ ਅਤੇ ਉਸਦੇ ਸਾਥੀਆਂ ਨੇ 23 ਮਾਰਚ ਨੂੰ ਫਾਸਟਵੇ ਕੇਬਲ ਦੇ ਦਫ਼ਤਰ ਤੇ ਹਮਲਾ ਕੀਤਾ ਸੀ ਤੇ ਹੁਣ ਦੁਬਾਰਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਦਿਨ ਦਿਹਾੜੇ ਕੇਬਲ ਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਸਭ ਦੇ ਸਾਹਮਣੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸ਼ਹਿਰ 'ਚ ਕੇਬਲ ਦੀਆਂ ਤਾਰਾਂ ਠੀਕ ਕਰਨ ਆਏ ਵਿਅਕਤੀਆਂ ਨਾਲ ਧੱਕਾ ਮੁੱਕੀ ਕੀਤੀ ਗਈ ਹੈ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਨਾ ਹੀ ਨਹੀਂ, ਉੱਥੇ ਕਵਰੇਜ ਕਰਨ ਆਈ ਮੀਡੀਆ ਟੀਮ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਦੋਵੇਂ ਟੀਮਾਂ ਨੂੰ ਧਮਕਾਇਆ ਗਿਆ। ਕੇਬਲ ਤੇ ਨਾਜਾਇਜ਼ ਕਬਜ਼ੇ ਦੀ ਗੁੰਡਾਗਰਦੀ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ। ਰੋਜ਼ੀ ਰੋਟੀ ਲਈ ਜੂਝ ਰਹੇ, ਮਿਹਨਤ ਕਰ ਰਹੇ ਇਨਸਾਨਾਂ ਨਾਲ ਕੀਤਾ ਇਸ ਤਰ੍ਹਾਂ ਦਾ ਧੱਕਾ ਸਿਆਸਤਦਾਨਾਂ ਦੀ ਸ਼ਹਿ ਤੇ ਹੋ ਰਿਹਾ ਹੈ, ਬਿਨਾਂ ਕਿਸੇ ਖੌਫ ਤੋਂ, ਕਾਨੂੰਨ ਦੇ ਡਰ ਬਗੈਰ ਕੀਤਾ ਜਾ ਰਿਹਾ ਹੈ। 2 ਦਿਨ ਬਾਅਦ ਹੀ ਉਹਨਾਂ ਮੁਲਜ਼ਮਾਂ ਦੇ ਗੁੰਡਾਗਰਦੀ ਦੇ ਬੇਖੌਫ ਹੌਸਲੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਨੇ। ਪੀੜਤਾਂ ਨੂੰ ਆਸ ਹੈ ਕਿ ਪੁਲਿਸ ਵੱਲੋਂ ਇਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਕਾਨੂੰਨ ਤੇ ਭਰੋਸਾ ਕਰਕੇ ਆਪਣੀ ਰੋਜ਼ੀ ਰੋਟੀ ਲਈ ਮਿਹਨਤ ਕਰਕੇ ਅੱਗੇ ਦਾ ਕੰਮਕਾਰ ਜਾਰੀ ਰੱਖ ਸਕਣ।